ਦੋਨੇ ਟੀਮਾਂ ਲਾਈਨ ਅਪ ਹੋ ਜਾਓ ਕਿਰਪਾ ਕਰਕੇ, ਦੋਨੇ ਟੀਮਾਂ ਨੂੰ ਲਾਈਨ ਅਪ ਕਰ ਲਿਆ ਜਾਵੇ। ਰੈਫਰੀ ਵੀਰਾਂ ਨੂੰ ਬੇਨਤੀ ਹੈ ਦੋਨੇ ਟੀਮਾਂ ਨੂੰ ਲਾਈਨ ਅਪ ਕਰ ਲਓ। ਦਿਸ਼ੇ ਕਿੱਥੇ ਆਪਣੇ ਵੀਰ, ਆਪਾਂ ਗਰਾਊਂਡਾਂ ਵਾਲੇ ਪਾਸੇ ਲੈ ਕੇ ਆਈਏ ਦਿਸ਼ੇ। ਲੈ ਵੀ ਦਿਸ਼ੇ ਬਾਈ, ਆਪਾਂ ਸਾਡੇ ਪ੍ਰਬੰਧਕ ਵੀਰਾਂ ਵੱਲੋਂ ਮੈਂ ਬੇਨਤੀ ਕਰਾਂ ਵੀ ਸਾਰੇ ਵੀਰਾਂ ਨੂੰ, ਸਾਡੇ ਅੱਜ ਦੇ ਮਾਨਯੋਗ ਵੀਰਾਂ ਨੂੰ ਆਪਾਂ ਸਕਾਊਟ ਕਰਕੇ ਗਰਾਊਂਡ 'ਚ ਲੈ ਕੇ ਆਈਏ। ਮੈਂ ਵੀ ਲਿਖਿਆ ਆਹ 500 ਰੁਪਇਆ ਤੇਰਾ ਨੌਜਵਾਨ, ਇਹ ਕਾਲਾ ਤੇ ਇੰਦਰਪਾਲ ਸਾਡਾ ਵੀ ਤੇਰੇ ਲਈ ਮਾਇਆ ਦੇ ਗਾਫੇ ਪੁੱਜਦੇ ਕਰਦੇ ਹੈ। ਬਹੁਤ ਬਹੁਤ ਧੰਨਵਾਦ ਇਹਨਾਂ ਮਿੱਤਰਾਂ ਦੇ ਮੇਰੇ ਵੀਰੋ। ਉੱਧਰ ਸਰਦਾਰ ਕਮਲਜੀਤ ਸਿੰਘ ਜੀ ਬਰਾੜ ਨਾਲ ਅਮਨਾ ਗੁਰੂਸਰ ਵਾਲਾ, ਹਰਮਨ ਗੱਲ ਬੋਲੀ, ਉਹਨਾਂ ਦੀ ਸਮੁੱਚੀ ਮਿੱਤਰ ਮੰਡਲੀ, ਦੋਨੋਂ ਟੀਮਾਂ ਨਾਲ ਜਾਣ ਪਹਿਚਾਣ ਦੇ ਲਈ ਗਰਾਊਂਡ ਦੇ ਵੱਲ ਨੂੰ ਜਾ ਰਹੇ ਹੈ। ਨਾਲ ਸਾਡੇ ਬਲਕਾਰ ਸਿੰਘ ਜੀ ਸਰਪੰਚ ਕਿਸ਼ਨਪੁਰਾ, ਉਹ ਵੀ ਜਾ ਰਹੇ ਹੈ। ਬਾਬਾ ਸੋਹਣ ਦਾਸ ਜੀ ਗਊਸ਼ਾਲਾ ਵਾਲੇ ਮਹਾਂਪੁਰਸ਼, ਬਾਬਾ ਜਰਨੈਲ ਦਾਸ ਜੀ ਦੀ ਭਰਮੀ ਹਾਜ਼ਰੀ ਹੈ। ਡਰੋਲੀ ਤੇ ਮੈਂ ਜਿਹੜਾ ਢੁੱਡੀ ਕੇ ਦੀਆਂ ਟੀਮਾਂ ਦਾ ਖੇਡਾ ਜਾਣਾ ਹੈ, ਦੋ ਟੀਮਾਂ ਨਾਲ ਜਿਹੜੀ ਜਾਣ ਪਹਿਚਾਣ ਹੋ ਰਹੀ ਹੈ। ਸੁੱਕੇ ਗੱਲ ਕਰੀ ਬਈ, ਫੋਨ ਸੁੱਖਾ ਕੰਡਿਆਲ ਤੇ ਅੰਗਰੇਜ਼ ਜਿੰਦਗੜ ਅੱਤਵਾਦੀ ਕਮੈਂਟਰ। ਨਵਦੀਪ ਆਸਟ੍ਰੇਲੀਆ ਜੀ ਸਾਡੇ ਵੀਰ, ਉਹ ਮੇਰੇ ਬੋਲਾਂ ਤੋਂ ਖੁਸ਼ ਹੋ ਕੇ 500 ਰੁਪਏ ਦੇ ਮਾਨ ਸਨਮਾਨ ਭੇਜ ਰਹੇ ਹੈ, ਆਪਾਂ ਧੰਨਵਾਦ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਹੈ ਨਵਦੀਪ ਆਸਟ੍ਰੇਲੀਆ ਜੀ, 500 ਰੁਪਇਆ ਮੇਰੇ ਬੋਲਾਂ ਤੋਂ ਖੁਸ਼ ਹੋ ਕੇ। ਵਿੱਕੀ ਸਾਡਾ ਵੀਰ ਮਾਇਆ ਦੇ ਗੱਫੇ ਪੁੱਜਦੇ ਕਰ ਰਿਹਾ ਹੈ। ਕੋਕਰੀ ਪਿੰਡ ਸਹੁਰੇ ਆ ਸਵੀਰ ਦੇ, ਉਹ ਵੀ ਨੈਟ ਤੇ ਜੁੜਿਆ ਹੋਇਆ। ਬਹੁਤ ਬਹੁਤ ਧੰਨਵਾਦ ਉਹ ਸਵੀਰ ਦਾ, ਮੇਰੇ ਵੀਰ ਦਾ, ਨਵਦੀਪ ਆਸਟ੍ਰੇਲੀਆ ਜੀ ਮਾਇਆ ਦੇ ਗੱਫੇ ਪੁੱਜਦੇ ਕਰਦੇ ਹੈ। ਮਾਈਕ ਤੇ ਉਸਤਾਦ ਸੁੱਖਾ ਕੰਡਿਆਲ ਜੀ ਗੱਲ ਕਰਨਗੇ। ਹੈਲੋ, ਹੈਲੋ, ਮੈਚ ਬੜਾ ਸਿਰੇ ਦਾ ਖੇਡਿਆ ਜਾਣਾ ਖੇਡ ਦੇ ਮੈਦਾਨ ਵਿੱਚ। ਅਮਰੀਕ ਖੋਸਿਆਂ ਕੋਟਲੇ ਵਾਲਾ ਬਹੁਤ ਹੀ ਸਤਿਕਾਰਯੋਗ ਵੀਰ, ਸੋਹਣੇ ਬੋਲ ਬੋਲਦਾ ਵਾ ਖੇਡ ਕਬੱਡੀ ਦੇ, ਬਹੁਤ ਹੀ ਸਤਿਕਾਰਯੋਗ ਸਾਡੇ। ਹੈਲੋ ਹੈਲੋ, ਬਹੁਤ ਬਹੁਤ ਧੰਨਵਾਦ ਸਰਦਾਰ ਕਮਲਜੀਤ ਸਿੰਘ ਜੀ ਬਰਾੜ, ਆਈਆਂ ਆਈਆਂ ਸੰਗਤਾਂ ਦਾ 2 ਮਿੰਟ ਲਈ ਮਾਈਕ ਤੋਂ ਧੰਨਵਾਦ ਕਰਨਗੇ। ਸਰਦਾਰ ਕਮਲਜੀਤ ਸਿੰਘ ਜੀ ਬਰਾੜ ਸਰਪੰਚ ਖੋਟੇ, ਆਈਆਂ ਆਈਆਂ ਸੰਗਤਾਂ ਦਾ 2 ਮਿੰਟ ਲਈ ਧੰਨਵਾਦ ਕਰਨਗੇ। ਮੈਚ ਜਿਹੜੇ ਨਿਰੰਤਰ ਚਾਲੂ ਰਹਿਣਗੇ। ਬਹੁਤ ਹੀ ਸਤਿਕਾਰਯੋਗ ਨਗਰ ਨਿਵਾਸੀ, ਗ੍ਰਾਮ ਪੰਚਾਇਤ ਸਰਪੰਚ ਸਾਹਿਬ, ਸਮੁੱਚੀ ਕਲੱਬ ਦੇ ਪ੍ਰਧਾਨ ਸੁਖਵਿੰਦਰ ਜੀ, ਮੇਰਾ ਛੋਟਾ ਵੀਰ ਦਿਸ਼ਾ ਤੇ ਸਾਰੇ ਹੀ ਖਿਡਾਰੀ ਵੀਰ ਤੇ ਦਰਸ਼ਕ ਵੀਰ, ਸਾਰਿਆਂ ਨੂੰ ਫਤਿਹ ਬੁਲਾਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਸਾਰਿਆਂ ਨੂੰ ਬੇਨਤੀ ਕਰਦਿਆਂ, ਮੈਂ ਕੁਛ ਕਹਿਣ ਤੋਂ ਪਹਿਲਾਂ ਇਹ ਕੋਈ ਰਾਜਨੀਤਿਕ ਭਾਸ਼ਣ ਨਹੀਂ ਦੇਣਾ, ਸਿਰਫ 1 ਮਿੰਟ ਤੁਹਾਡੇ ਨਾਲ ਵਿਚਾਰ ਸਾਂਝੀ ਕਰਨੀ ਆ, ਕਿਉਂਕਿ ਤੁਸੀਂ ਮੈਚ ਦੇਖਣ ਲਈ ਆਏ ਹੋ, ਭਾਸ਼ਣ ਸੁਣਨ ਲਈ ਨਹੀਂ ਆਏ। ਸਭ ਤੋਂ ਪਹਿਲਾਂ ਤਾਂ ਮੈਂ ਬੇਨਤੀ ਕਰਾਂ ਕਿ ਜਦੋਂ ਮੈਂ ਫਤਿਹ ਬੁਲਾਈ ਆ, ਕੋਈ ਵੀ ਫਤਿਹ ਬੁਲਾਉਂਦਾ ਹੁੰਦਾ ਉਹਦਾ ਜਵਾਬ ਦਿਆ ਕਰੋ ਸਾਰੇ ਜਾਣੇ। ਇਹ ਕਿਸੇ ਬੰਦੇ ਦੀ ਬਣਾਈ ਹੋਈ ਗੱਲ ਨਹੀਂ, ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਆ। ਤੇ ਆਪਾਂ ਸਾਰੇ ਹੀ ਇੱਥੇ ਜਿੰਨੇ ਲੋਕ ਇਕੱਠੇ ਹੋਏ ਆ, ਕਿਸੇ ਨਾ ਕਿਸੇ ਰਾਜਨੀਤਿਕ ਪਾਰਟੀ ਨਾਲ ਸੰਬੰਧਿਤ ਲੋਕ ਬੈਠੇ ਆ, ਤੇ ਜਦੋਂ ਕਿਸੇ ਰਾਜਨੀਤਿਕ ਕਾਨਫਰੰਸ ਤੇ ਰੈਲੀ ਤੇ ਜਾਂਦੇ ਆ, ਉੱਥੇ ਕਿਸੇ ਵੱਡੇ ਲੀਡਰ ਦਾ ਨਾਂ ਲੈ ਕੇ ਜਦੋਂ ਆਉਂਦੇ ਆ, ਉਦੋਂ ਫਿਰ ਉੱਚੀਆਂ ਬਾਹਾਂ ਕਰਕੇ ਅਸੀਂ ਬੜਾ ਜ਼ਿੰਦਾਬਾਦ ਕਹਿੰਦੇ ਹਾਂ, ਤੇ ਜਦੋਂ ਗੁਰੂ ਦੀ ਗੱਲ ਹੁੰਦੀ ਆ ਉਦੋਂ ਸਾਡਾ ਮੂੰਹ ਬੰਦ ਹੋ ਜਾਂਦਾ, ਨੀਵੀ ਪਾ ਕੇ ਬਹਿ ਜਾਂਦੇ ਆ, ਪਤਾ ਨਹੀਂ ਕਿੱਥੇ ਧਿਆਨ ਹੁੰਦਾ। ਧੰਨ ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾ ਵਾਲਿਆਂ ਦਾ ਬਚਨ ਆ, ਜਿਹੜੀ ਇਹ ਫਤਿਹ ਆ ਇਹ ਸਿਮਰਨ ਆ, ਬਹਾਨੇ ਨਾਲ 2 ਵਾਰ ਵਾਹਿਗੁਰੂ ਦਾ ਨਾਮ ਲਿਆ ਜਾਂਦਾ ਹੈ।
कोई भी कितने भी फतेह बुलाउंदा हुंदा जरूर जवाब दिया करो। दोबारा फिर तुहानू फतेह बुलाउंदा, सारे ने गज के जवाब देना वाहिगुरु जी का खालसा वाहिगुरु जी की फतेह। बहुत बहुत धन्यवाद सारी संगत का, धन्यवाद खास तौर पर नगर निवासियों का, पंचायत का, स्पोर्ट्स क्लब का, महापुरशां की धरती का, जिन्हां ने इत्थे सद के माण बख्शिया। एको विचार सांझी करनी आ थोड़े नाल कि अज कबड्डी जिथे बुलंदियां छूंदी आ उत्थे कबड्डी के नाल नाल एक बहुत वड्डा कबड्डी के उत्ते दाग ते धब्बा लग्या होया है कि कबड्डी वाले खिडारी नशा करके कबड्डी खेडदे आ। चंद एक खिडारियों की बदौलत यह दाग कबड्डी खिडारियों से सारियां ते लग्या होया है। बेनती है जिहड़े कुछ क परसेंट 5-4% नौजवान नशा करके कबड्डी खेडते हैं, जां तां कबड्डी छड्ड दिओ जां नशा छड्ड दिओ, क्योंकि अज जिहड़ा कबड्डी नूं पूरी दुनिया के मान सन्मान मिलिया होया ये तुहाडी मेहनत की बदौलत आ। तुहानूं शायद इस गल की समझ नहीं कि पंजाब की जवानी नाल पंजाब के लोगों नाल बहुत बड़ी साजिश खेडी जा रही है, बहुत बड़ी साजिश रची जा रही है, क्योंकि उस उम्र नूं तबाह करन दा जतन किया जा रहा है जिहड़ी उम्र दे विच बागीपुणा हुंदा है, सोच दे विच बागीपुणा हुंदा है, वड्डियां तों वड्डियां ताकतां नाल लड़न दी टक्कर लैण दी जुरत हुंदी आ। इह उह चढ़दियां उमरां नूं बर्बाद करन दा जतन किया जा रहा है जिहड़ी उम्र दे विच शहीद करतार सिंह सराभे वर्गे ने 18-18 साल की उम्र दे विच, शहीद भगत सिंह होरां ने 23 साल की उम्र दे विच फांसी दा रस्सा चुम्मिया सी, ते दसवें पातशाह श्री गुरु गोबिंद सिंह पातशाह ने 33 वरिया की उम्र के सानू ऐसी चीज तैयार करके दिती सी जिनू छक के असी 1.25 लाख के आहू लाए सी। 27 वरिया की उम्र के गुरु नानक पातशाह ने घरों निकल के बाबर नू जाके ललकारिया सी। ये वो उम्र है साथीओ जिहड़ियां उमरां दे विच सोच दे विच बागीपणा हुंदा, लड़न दा ताकत हुंदी आ टक्कर लैण दी, इह उहनां उमरां नूं तबाह कीता जा रिहा, इक चिट्टे दे हथियार दे रूप दे विच पंजाब विच सुट्टिया जा रिहा। मैं किसे दा नां नहीं लहूंगा, असीं खुद जिम्मेवार आ जिहड़े लोक आ पिंडां वाले इत्थे खड़े आ, जिन्ने भी वोटर हुंने आ पार्टियां दे सपोर्टर हुंने आ। मैं तुहानूं बेनती करूंगा 2017 दे विच इलैक्शन आउणा है, साल पिया हजे, किसी भी पार्टी का कोई भी आगू है, चाहे कांग्रेस का, चाहे अकाली दल का, चाहे होर किसी पार्टी का, जिहड़ा नशे के बदले वोट मंगण आऊगा उहदा बाईकाट कर दिओ सारे पिंडां वाले। साफ सुथरी राजनीति वाले लोगों नूं अगे लियाओ, जे पंजाब बचाउणा, जे जवानी बचाउणी आ, तुहानूं सारयां नूं हथ बन्न के बेनती आ, किते ना किते असी भी जिम्मेवार आ। शराब दीआं बोतलां ते विकण वाले लोग मुल्क विच क्रांति नहीं लिया सकदे, ये असी जिम्मेवार आ। जदों माड़े राजनीतिक लोग चुण लैंदे आ फिर सानूं मंडियां च वी रोलना पैंदा, फिर साडियां नौजवान पीढ़ियां नशा करके सड़कां ते एक्सीडेंटां दा शिकार हुंदियां, फिर असी कह दिंदे आ रब दा भाणा मन्नणा पैणा। सो यही मेरी तुहानूं अज दा सुनेहा है, इस टूरनामेंट दे उत्तों प्रण करके जाओ इत्थों ग्राउंड चों, क्योंकि संतां महापुरशां दी धरती है, संत महापुरश बैठे आ साडे विच, इत्थों प्रण करके निकलो कि आउण वाले समें विच चंगे लीडरां दी चंगे लोकां दी चोण करांगे, तां कि साडियां पुत्तां वांग पालियां होईयां फसलां ते पुत्तां वांगू सानूं रब वांगू साडियां मावां दे पालियां होईयां नसलां नूं बचाउण लई चंगीआं सरकारां चंगे लीडरां नूं मूहरे लिआईए। यही अज दा सुनेहा है, तुहाडा खास तौर ते प्रधान साहब दा ते साडे छोटे वीर दा विशे जिहड़ा बहुत होनहार नौजवान नशा रहित जीवन बतीत करता है, एहो जे नौजवान पिंडां दे विच अगे आउण, एहो जे उद्यम कर जिहड़े टूरनामेंट कराउंदे आ, ते कबड्डी वाले थोड़ी जिहड़ी चढ़त आ ना कबड्डी दी, किसे राजनीतिक आगू करके नहीं जां किसे एक पार्टी करके नहीं, थोड़ी मेहनत करके पूरी दुनिया दे विच पंजाबियां दी चढ़त आ कबड्डी दी, ते इहनूं बरकरार रखण लई उन्हां मूहरे हथ बन के बेनती है, उन्हां दे पैरां नूं हथ ला के बेनती करदा, जिहड़े 5-4% लोकां ने इस खेड नूं बदनाम कीता होया, जां उह नशा छड्ड दिओ जां कबड्डी छड्ड दिओ। तुहाडा सारां दा इक वार फिर बहुत बहुत धन्नवाद। अंत विच मैं खिमा मंगदा जे किसी दे खिलाफ कोई शब्द बोलिया गया होवे। वाहिगुरु जी का खालसा वाहिगुरु जी की फतेह। लाओ जी एक बेनती आ, नौजवान साडे कोल बैठा खोसे कोटले दा, तुरन तो भी असमर्थ आ बेचारा, ते फिर भी यह अज के जमाने विच जिहड़े लोग थोड़े बहुत भी नकारा, कई तंदरुस्त लोग मैं भीख मंगते वेखे आ, पर सदके इस जवान दे जिहड़ा आपकी मेहनत के बलबूते आपकी हक की रोटी खा रहा, एक ताड़ी इस नौजवान के नाँ ते जरूर मारो।
एक कमेंट्री करके बहुत वधिया शब्दों की चोण करके आपकी मेहनत करके रोटी खांदा है। बहुत बहुत धन्यवाद सारा दा। सो बहुत बहुत धन्यवाद कमल जी दी बराड़ साहब। ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ, ਬਹੁਤ ਹੀ ਵਧੀਆ ਬੋਲ ਬੋਲੇ ਨੇ ਥੋੜੇ ਸਮੇਂ ਦੇ ਵਿੱਚ। ਸਾਡੀ ਇਸ ਪ੍ਰਬੰਧ ਕਲੱਬ ਵੱਲੋਂ ਮਹਾਂਪੁਰਸ਼ਾਂ ਵੱਲੋਂ ਬਰਾੜ ਸਾਹਿਬ ਦੀ ਕਿਹੜੀ ਟੀਮ ਜਿੱਤੀ ਆ ਪੰਚ ਉੱਤੇ ਧੰਨਵਾਦ ਹੈ। ਸੁਖਵੰਤ ਕਿਹੜੀ ਟੀਮ ਜਿੱਤੀ ਆ ਬਈ? ਡਰੋਲੀ ਭਾਈ ਦੀ। ਡਰੋਲੀ ਭਾਈ ਨੋਟ ਕਰ ਲਾ ਬਈ। ਹੈਲੋ ਟੀਮਾਂ ਨੂੰ ਮੇਰੀ ਬੇਨਤੀ ਹੈ, ਵੇਟਿੰਗ ਰੂਮ ਦੇ ਵਿੱਚ ਟੀਮਾਂ ਜਿਹੜੀਆਂ ਰਹਿਣੀਆਂ ਚਾਹੀਦੀਆਂ ਨੇ, ਜਿਹੜੀ ਟੀਮ ਦਾ ਮੈਚ ਹੈ ਕਿਰਪਾ ਕਰਕੇ ਉਹੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਆਵੇ। ਇਹ ਹੱਥ ਬੰਨ ਕੇ ਬੇਨਤੀ ਹੈ, ਜਿਹੜੀ ਟੀਮ ਦਾ ਮੈਚ ਹੈ ਨਾ ਉਹੀ ਟੀਮ ਗਰਾਊਂਡ 'ਚ ਆਵੇ, ਦੂਜੀ ਟੀਮ ਜਿਹੜੀ ਕਿਰਪਾ ਕਰਕੇ ਗਰਾਊਂਡ ਖਾਲੀ ਕਰ ਦੇ। ਕਬੱਡੀ ਓਪਨ ਦੇ ਤੀਜੇ ਰਾਊਂਡ ਦੀਆਂ ਟਾਈਆਂ ਕੱਢਣ ਲੱਗਿਆ ਕਿ ਖਿਡਾਰੀ ਟਰਾਲੀ ਤੇ ਆ ਜਾਓ। ਲਓ ਜੀ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਬਰਾੜ ਸਾਹਿਬ ਦਾ, ਔਰ ਧੰਨਵਾਦ ਹੈ ਬੁੱਟਰ ਪਰਿਵਾਰ ਦਾ, ਸਾਡੇ ਗੁਰਪ੍ਰੀਤ ਵੀਰ, ਦਵਿੰਦਰ ਵੀਰ ਸਾਡਾ, ਬਿੰਦੀ, ਵਿੱਕੀ, ਨਿੱਕਾ, ਸੁਭਾਅ ਦੀ ਸਤਿਕਾਰਯੋਗ ਸੱਜਣ ਨੇ, ਔਰ ਸਾਡੀ ਲੰਗਰ ਕਮੇਟੀ ਦਾ ਵੀ ਅਸੀਂ ਚੇਚੇ ਤੌਰ ਤੇ ਧੰਨਵਾਦ ਕਰਦੇ ਹਾਂ। ਸਾਰੇ ਵੀਰ ਲਾਡੀ ਦਵਿੰਦਰ ਜੰਟਾ, ਕੱਲੂ ਮੋਹਣਾ, ਭੋਲਾ ਬਾਈ, ਹਰਮਨ ਬੂਟਾ, ਜੀਤਾ, ਜਸਪ੍ਰੀਤ ਦੁਬਈ ਵਾਲਾ, ਨਿੱਕਾ, ਸੋਨੀ, ਮਿੰਦਾ, ਅਮਰ ਤੇ ਪ੍ਰਤਾਪ ਸਾਡਾ ਵੀਰ। ਸੋ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਵੀਰਾਂ ਦਾ ਜੋ ਸਾਡਾ ਇਸ ਖੇਡ ਮੇਲੇ ਦੇ ਵਿੱਚ ਵੱਡਾ ਸਾਥ ਦੇ ਰਹੇ ਨੇ। ਲਓ ਜੀ ਸੋਨੂੰ ਚੰਦ ਪੁਰਾਣੇ ਵਾਲਾ ਆ ਗਿਆ। ਹੈਲੋ ਸੁਖੀਆ, ਮੈਚ ਜਿਹੜਾ ਜਲਦੀ ਨਾਲ ਸ਼ੁਰੂ ਕਰਵਾ ਦਿੱਤਾ ਜਾਵੇ ਦੋਨਾਂ ਟੀਮਾਂ ਦੇ ਦਰਮਿਆਨ। ਬਾਈ ਮੇਰੀ ਬੇਨਤੀ ਆ, ਬਾਈ ਜੀ ਮੇਰੀ ਬੇਨਤੀ ਆ, ਜਿਸ ਵੀ ਕਿਸੇ ਵੀਰ ਦੀ ਕੋਈ ਡਿਊਟੀ ਨੀ ਕਿਰਪਾ ਕਰਕੇ ਸਲੀਣਾ ਤੇ ਗਾਲਬ 75 ਕਿਲੋ ਦਾ ਮੈਚ ਹੋਣ ਜਾ ਰਿਹਾ ਹੈ। ਸਟੇਜ ਜਿਹੜਾ ਕਲੀਅਰ ਕਰ ਦਿਓ, ਮੇਰੀ ਬੇਨਤੀ ਆ ਸਤਿਕਾਰਯੋਗ ਸੰਗਤਾਂ ਨੂੰ। ਸਲੀਣਾ ਵਰਸਜ ਗਾਲਬ ਦਾ ਮੈਚ ਖੇਡਿਆ ਜਾਣਾ, ਕਬੱਡੀ 75 ਕਿਲੋ ਭਾਰ ਦਾ। ਗਾਲਬ ਦੀ ਟੀਮ ਜਿਹੜੀ ਉਹ ਮੇਨ ਪਿੰਡ ਵਾਲੇ ਪਾਸੇ ਟੀਮ ਚਲੀ ਗਈ ਆ, ਗਾਲਬ ਦੀ ਵਿਰੋਧੀ ਟੀਮ। ਮੈਂ ਦੱਸਦੀ ਵਾਂ ਵੀ ਉਹ ਖੱਬੇ ਪਾਸੇ ਪਹਿਲੀ ਕਬੱਡੀ ਸੁਖ ਨਾ ਇਸ ਨੌਜਵਾਨ ਖਿਡਾਰੀ ਦਾ, ਸਲੀਣਾ ਪਿੰਡ ਆ ਜਿੱਥੋਂ ਦੇ ਗੁਰਜੀਤ ਨੇ ਕਬੱਡੀ ਜਗਤ ਦੇ ਵਿੱਚ ਬੱਲੇ ਬੱਲੇ ਕਰਾਈ ਆ। ਸੁਖ ਕਬੱਡੀ ਪਾਉਂਦਾ ਆ ਸਲੀਣੇ ਪਿੰਡ ਦਾ ਸੁਖ। ਦੂਜੇ ਪਾਸੇ ਗੁਰੀ ਦਾ ਵੀਰ ਯਾਰੀ ਕਰਦਾ ਹੈ ਟਰਾਈ ਖੇਡਦੇ ਮੈਦਾਨ ਵਿੱਚ। ਦਵਿੰਦਰ ਮਨੀਲਾ ਦੇ ਵਿੱਚ ਬੈਠਾ, 100 ਰੁਪਈਏ ਦੇ ਮਾਨ ਸਨਮਾਨ ਇਸ ਖਿਡਾਰੀ ਦੇ ਲਈ, 100 ਦੇ ਮਾਨ। ਅਗਲੀ ਕਬੱਡੀ ਸਿੱਧਵਾਂ ਵਾਲਾ ਬਿੱਲਾ ਗੱਲ ਕਰੂਗਾ ਸੁੱਖਾ ਕੰਡਿਆਲ ਜੀ। ਲਾਲ ਜੀ ਸਾਹਮਣੇ ਕਹਿੰਦੇ ਨੇ ਵੀ ਬਿੱਲਾ ਲਾਓ ਹੈ ਤੇ ਦੂਜੇ ਪਾਸੇ ਘੋਲੀਆ ਪਿੰਡ ਹੈ, ਗੁਰਵਿੰਦਰ ਨਾਓ ਮੇਰੇ ਵੀਰੋ ਜੀ ਨੇ ਜੱਫੇ ਦੀ ਗੱਲ ਕਰ ਦਿੱਤੀ ਹੈ। ਅਗਲੀ ਕਬੱਡੀ ਕਹਿੰਦੇ ਨੇ ਵੀ ਮਨੀ ਪਾਉਣ ਦੇ ਲਈ ਵਾਧਾ ਹੋਇਆ, ਮਨਦੀਪ ਆਸਟ੍ਰੇਲੀਆ ਸਾਡਾ ਵੀਰ, ਤਜਿੰਦਰ ਪਾਲ ਆਸਟ੍ਰੇਲੀਆ, ਉਧਰ ਦਵਿੰਦਰ ਮਨੀਲਾ ਵਾਲਾ ਵੀ ਮੈਚਾਂ ਦਾ ਆਨੰਦ ਮਾਣਦਾ ਹੈ, ਰਾਮਪਾਲ ਮਨੀਲਾ ਸਾਡਾ ਵੀਰ, ਗਿੰਦੇ ਵਰਗੇ ਸਾਡੇ ਵੀਰ, ਮਨੀ ਦੀ ਪਈ ਹੋਈ ਕਬੱਡੀ ਮੇਰੇ ਵੀਰੋ। ਇੱਕ ਪਾਸੇ ਕਹਿੰਦੇ ਨੇ ਵੀ ਇੱਕ ਗਾਲਬ ਵਾਲੇ ਹੈ, ਦੂਜੇ ਪਾਸੇ ਸਲੀੜੇ ਵਾਲੇ ਆ ਕਹਿੰਦੇ ਨੇ ਵੀ ਮਨੀ ਨੇ ਕਬੱਡੀ ਪਾ ਦਿੱਤੀ ਹੈ। ਜੈਰੀ ਵਾਹ, ਬੜਾ ਪਿਆਰਾ ਨਾਂ ਰੱਖਿਆ ਮੇਰੇ ਵੀਰੋ, ਚੁਣ ਚੁਣ ਕੇ ਰੱਖਦੇ ਨੇ ਖਿਡਾਰੀ। ਪਰ ਅਗਲੀ ਕਬੱਡੀ ਕਹਿੰਦੇ ਨੇ ਵੀ ਇੰਦਰਜੀਤ ਪਾਉਂਦਾ ਹੋਇਆ, ਕਹਿੰਦੇ ਪਿੱਠ ਪਿੱਛੇ ਕਰਕੇ ਮਾਰਿਓ ਬਲਵਾਨ ਨਹੀਂ ਹੁੰਦਾ, ਅੱਖ ਮਾਰ ਕੇ ਢਹਿਜਿਓ ਭਲਵਾਨ ਨਹੀਂ ਹੁੰਦਾ, ਇੱਕ ਦੇ ਜ਼ੋਰ ਤੇ ਖੇਡੀਏ ਉਹਨੂੰ ਭਲਵਾਨੀ ਕਹਿੰਦੇ ਨੇ, ਜਿਹਨੂੰ ਲੋਕੀ ਖੜ ਖੜ ਦੇਖਣ ਸੁੱਖਿਆ ਉਹਨੂੰ ਜਵਾਨੀ ਕਹਿੰਦੇ ਨੇ। ਆ ਗੁਰਵਿੰਦਰ ਮੇਰੇ ਵੀਰੋ ਇਸ ਵਕਤ ਲਾਇਆ ਵੀ ਦਿਸ਼ੇ ਵੀਰ। ਹੈਲੋ ਅਗਲੀ ਕਬੱਡੀ ਸੁੱਖ ਸੁਲੀਣੇ ਪਿੰਡ ਦਾ, ਅਗਲੀ ਕਬੱਡੀ ਅਮਨਾ ਗੁਰੂ ਸਰ ਤੇ ਹਰਮਨ ਗਾਲਬ ਮੇਰੇ ਵੀਰੋ ਉਹਨਾਂ ਵੱਲੋਂ ਲੱਖੇ ਚੱਕਰ ਨੂੰ ਸ਼ਾਨਦਾਰ ਕੱਪ ਦੇ ਨਾਲ ਅੱਜ ਮਾਨ ਸਨਮਾਨ ਦਿੱਤੇ ਜਾ ਰਹੇ ਨੇ, ਬੜੀ ਖੁਸ਼ੀ ਦੀ ਗੱਲ ਹੈ।
नवदीप ऑस्ट्रेलिया विक्की वीर कहता भी जिहड़ी टीम जितेगी उहनू 500 रुपए दे मान सम्मान जिहड़े दित्ते जाणगे। सामने मेरे वीरो बिल्ला कबड्डी पाउंदा हुआ साडे कमेटी मैंबर राजा साडा वीर बहुत सारा बाण प्यार बोला तो खुश होकर भेजदा है, धन्यवाद है। हाँ जी अगली कबड्डी फिर खेड दे मैदान विच पैंदी होई कबड्डी 75 किलो भार दे सिरे दे मैच कबड्डी ओपन दे सिरे दीआं टीमां पुज्जीआं इस नगर दे उत्ते। सामने कबड्डी पाउंदा आ गभरू लै वेखदे वी कोई गल सोनू जंप दी करदा कोई गाजीपुरीए दी करी जांदा कोई दसदा बिट्टू दगाल बारे किवें उड़दे परिंदिआं नूं फड़ी जांदा पाला मंगी जाफी आ कहर दे गल हर पंजाबी ए करी जांदा गल हर पंजाबी करी जांदा। बहुत तकड़ा पैंट अपनी टीम दे से होता अगली कबड्डी फिर इस नौजवान दी गल करूं सुखा कंडियाल जी लाओ जी इंदरजीत मेरे वीरो कबड्डी पाउंदा होया दविंदर मनीला साडा वीर बहुत ही सत्कारयोग सज्जण है इंदरजीत दी पई हुई कबड्डी और दूजे पासे केंद्र दी जत्थे दी गल करू नाल ही दविंदर मनीला वाला 1100 रुपया बहुत ही सत्कारयोग सज्जण है 1100 रुपया दास दे बोला तो खुश होके दिंदा दविंदर मनीला वाला साडा वीर नवदीप ऑस्ट्रेलिया जिहड़ी टीम जितदी आ कहिंदा 500 रुपया ते 200 रुपया दास दे लई मैं विशेष तौर ते धन्नवाद करदा नवदीप ऑस्ट्रेलिया दे विच बैठा होया तजिंदर पाल दविंदर मटीला दे विच बैठा साडा वीर बहुत सारा मान है नवदीप वालों ऑस्ट्रेलिया दे विच कबड्डी 365 गिद्दड़ विंडी नाल ही मेरी बेनती है लीला ते चंद पुराने दा मैच मेरे कोले रहिंदा है जी ते रोटियां दा मैच बूइयां वाले नाल रहिंदा है जी है जी केड़ी जित गई है जी सलीणा टीम जित गई है जी नोट कीता जावे ध्यान देना चलदे इस मैच दे विच सलीणे दी टीम जित गई आ उस टीम नूं नवदीप ऑस्ट्रेलिया ओहदे वल्लों वड्डे मान सम्मान दित्ते जाणे चलदे इस मैच दे विचों लाओ जी गिद्दड़ विंडी आ गए तलवंडी मल्लियां पहुंच गई है और नाल ही राजा किशनपुरिया साडा बहुत ही सत्कारयोग वीर है प्रॉपर्टी डीलर बोला तो खुश होके 100 रुपए दे मान प्राप्त कीते ने दास दे सो बहुत बहुत मेहरबानी है। लाओ जी इस मैच दे विचों किहड़ी जित्ती सी जी सलीणे वाले 500 रुपया नवदीप ऑस्ट्रेलिया साडा वीर आ सलीणे वाले अपना 500 रुपया लै जाण मेथों सुखे वीर आ 500 लै जाओ आ विक्की वीर आ किंदे मना जा ध्यान दिओ रोडे वर्ष च बुइयां वाला मैच रहिंदा जी हजे लिस्ट ते है नीगा लै वी घुलगी वाले ये 500 रुपया अगला मैच क्योंकि तुहाडा करा देंगे। हैलो सुखविंदर सिंह नेटा 100 रुपया दास दे लई बोलां तो खुश होके मैं विशेष तौर ते धन्नवाद करदा बाई जी बुइयां वाले दी टीम आ जावे हथ बन के बेनती है आ जिहड़ा मुकाबला शुरू होण जा रहा है लीला वर्सज चंद पुराना दोनों टीमों का इधर सूबा कला नाहौर की धरती का मेरे वीर बहुत ही बेहतरीन खिलाड़ी है सोहने मैच होने ने दोनों टीमों के दरमियान कोई ना जी जसविंदर सिंह नीटा इटली ओदे वाला 100 रुपया पंजाबी बोलां तो खुश होके बहुत वड्डा मान सम्मान दुखदरी भी पासे आर जिहड़ी ए लीला दी इतनी वड्डी कहंदे नी सोहनी खेड है उधर कमल श्री बराड़ साडे बहुत ही सत्कारयोग पतवंत सज्जन ने और इन्हां दे पिता सरदार दर्शन सिंह जी बराड़ विधायक बागा पुराना किसे जान पहचान दे मुहताज ने अज बड़े मिठे बोल बोले ने बराड़ साहब जी जी आया आखते ने समुची प्रबंधक कमेटी वाले ना जी गुरविंदर मेरे टीम के लिए घोड़िए वाले ने अपनी टीम के लिए एक अंक का जेड़ा वादा करता है ना जी हेलो जे जलवरी वाला जाफी ने बनाउंदा बेअंत हरवंत साडा वीर यूके दे बैठा नवदीप ऑस्ट्रेलिया वाला बहुत वड्डे मान 500 रुपया ओहदे वल्लों ते 500 रुपया दिंदे सिर मडीला वल्लों बिदा जाणा उस खिडारी नूं जे जफा लग गया था बहुत ही सत्कार जो रहा नवदीप ऑस्ट्रेलिया ਦੇ ਵਿੱਚ ਵੱਡਾ ਕਬੱਡੀ 365.com ਤੇ ਜੀ ਜੁੜਿਆ ਆ ਜਿੰਦਰ ਪਾਲ ਸਿੰਘ ਆਸਟ੍ਰੇਲੀਆ ਦੇ ਵਿੱਚ ਦਵਿੰਦਰ ਸਿੰਘ ਮਡੀਲਾ ਦੇ ਵਿੱਚ ਬੈਠਾ ਸਾਰਾ ਵੀਰ ਕਬੱਡੀ
ਡੱਕੇ ਤੋਂ ਪਤਾ ਲੱਗੇਗਾ ਫੜਿਆ ਹੋਇਆ ਗੁੱਟ ਤੇ ਪਾਟ ਜਿਹੜਾ ਸੁੱਖ ਸਲੀਣੇ ਵਾਲਾ ਆਪਣੀ ਟੀਮ ਦੇ ਹਿੱਸੇ ਵਿੱਚ ਜੁੜਦਾ ਪਿਆ ਇੱਕ ਪਿੱਗ ਲੈ ਉਹਨੂੰ ਦੂਜਾ ਪਿੱਗ ਨਹੀਂ ਉਹ ਪਾਈਦਾ ਦੁਨੀਆ ਗੱਲ ਕਰਦੀ ਅੱਜ ਵੀ ਨੀਲੇ ਫੋੜਾਂ ਦੀ ਵਿਸ਼ੇਸ਼ ਮਾਨ ਸਨਮਾਨ ਖੇਡ ਕਲੱਬ ਵੱਲੋਂ ਸੰਤ ਬਾਬਾ ਸੋਹਣਾ ਜੀ ਗਾਂਧਸ਼ਾਲਾ ਵਾਲੇ ਉਹਨਾਂ ਵੱਲੋਂ ਸਰਦਾਰ ਕਮਲਜੀਤ ਸਿੰਘ ਜੀ ਬਰਾੜ ਉਹਨਾਂ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤਾ ਜਾ ਰਿਹਾ ਪ੍ਰਬੰਧਕ ਕਮੇਟੀ ਬਾਬਾ ਜੀ ਜਿਨ੍ਹਾਂ ਦੀ ਬੜੀ ਪਾਰ ਕਿਰਪਾ ਇਸ ਨਗ ਦੇ ਉੱਤੇ ਪੂਰੇ ਇਲਾਕੇ